Smart Sound. ਸਰ 3 ਕੁਇੰਟਲ ਜਿਹੜੀ ਭੁੱਗੀ ਫੜੀ ਹੈ ਇਹਦੇ ਬਾਰੇ ਦਿਓ ਜਾਣਕਾਰੀ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਯੂਨਿਟ ਨੂੰ ਕੱਲ੍ਹ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਅਸੀਂ ਮੁਖਬਰੀ ਦੇ ਆਧਾਰ 'ਤੇ 3 ਆਰੋਪੀਆਂ ਲਖਵੀਰ ਸਿੰਘ, ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਜੋ ਜਗਰਾਉਂ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਕਾਬੂ ਕੀਤਾ। ਜਦੋਂ ਇਹਨਾਂ ਦੀ ਇਹ ਦੋਵੇਂ ਕਾਰਾਂ ਜਿਨ੍ਹਾਂ ਦੇ ਉੱਪਰ TV ਪ੍ਰੈਸ ਦੇਖਿਆ ਹੋਇਆ ਸੀਗਾ ਉਹਨਾਂ ਦੀ ਤਲਾਸ਼ੀ ਕੀਤੀ ਤਾਂ ਸਾਨੂੰ 10 ਬੋਰੀਆਂ ਭੁੱਕੀ ਚੂਰਾ ਪੋਸਤ ਉਹਦੇ ਵਿੱਚੋਂ ਬਰਾਮਦ ਹੋਈ, ਜਿਨ੍ਹਾਂ ਦਾ ਜਦੋਂ ਵਜ਼ਨ ਕੀਤਾ ਉਹ 10 ਬੋਰੀਆਂ ਦਾ 3 ਕੁਇੰਟਲ ਵਜ਼ਨ ਹੋਇਆ। ਇਹਨਾਂ ਦੇ ਬਰਖਿਲਾਫ਼ ਮੁਕੱਦਮਾ ਨੰਬਰ 207 ਥਾਣਾ ਸਰਾਭਾ ਨਗਰ ਦੇ ਵਿੱਚ NDPS ਐਕਟ ਦਾ ਦਰਜ ਕਰਵਾਇਆ, ਉਹਦੇ ਵਿੱਚ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ। ਜਦੋਂ ਅਸੀਂ ਇਹਨਾਂ ਦੀ ਇੱਕ ਕਾਰ ਦੀ ਬਰੀਕੀ ਨਾਲ ਹੋਰ ਸਰਚ ਕੀਤੀ ਤਾਂ ਇਹਦੇ ਪਾਸੋਂ ਇੱਕ ਆਪਦੇ ਆਪ ਤਿਆਰ ਕੀਤਾ ਪ੍ਰੈਸ ਰਿਪੋਰਟਰ ਦਾ ਕਾਰਡ ਬਰਾਮਦ ਹੋਇਆ। ਜਦੋਂ ਇਹਨੂੰ ਉਹਦੇ ਬਾਰੇ ਪੁੱਛਿਆ ਤਾਂ ਇਹਨੇ ਦੱਸਿਆ ਵੀ ਅਸੀਂ ਅੱਗੇ ਨਾਕਿਆਂ ਤੋਂ ਬਚਣ ਦੇ ਲਈ ਪ੍ਰੈਸ ਲਿਖਾਇਆ ਹੋਇਆ ਅਤੇ ਪ੍ਰੈਸ ਦਾ ਆਪ ਕਾਰਡ ਤਿਆਰ ਕੀਤਾ। ਸਰ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਆ ਜੀ? ਤੇ ਉਹ ਜੇ ਅੱਜ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ, ਉਹ ਤੋਂ ਬਾਅਦ ਅਸੀਂ ਪਤਾ ਕਰਾਵਾਂਗੇ ਰਿਕਾਰਡ ਤੋਂ ਇਹਨਾਂ ਤੋਂ ਵੀ ਇਹਨਾਂ ਦੇ ਕੀ ਪਹਿਲਾਂ ਵੀ ਵਰਖਿਲਾਫ਼ ਕੋਈ ਅਜਿਹੇ ਪਰਚੇ ਦਰਜ ਨੇ। ਤੇ ਇਹ ਆਪ ਵੀ ਨਸ਼ਾ ਕਰਨ ਦੇ ਆਦੀ ਨੇ? ਇਹ ਤਿੰਨਾਂ ਨੇ ਪੁੱਛਗਿੱਛ ਤੇ ਦੱਸਿਆ ਵੀ ਅਸੀਂ ਤਿੰਨੇ ਹੀ ਭੁੱਕੀ ਚੂਰਾ ਪੋਸਟ ਦਾ ਨਸ਼ਾ ਕਰਨ ਦੇ ਆਦੀ। ਤੇ ਇਹ ਵੀ ਪਤਾ ਲੱਗਿਆ ਵੀ ਕਿੰਨੀ ਦੇਰ ਤੋਂ ਕੰਮ ਕਰ ਰਹੇ? ਇਹ ਕਰੀਬ ਇਹਨਾਂ ਨੇ ਦੱਸਿਆ ਵੀ 6 ਮਹੀਨੇ ਤੋਂ ਕੰਮ ਕਰਦੇ ਨੇ ਤੇ ਸ੍ਰੀਨਗਰ ਤੋਂ ਮੰਗਵਾ ਕੇ ਇੱਥੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਸਪਲਾਈ ਕਰਦੇ ਨੇ।